गुरदासपुर के पंचायत भवन में ट्रक यूनियन के टेंडर लेकर ट्रक यूनियन के मैंबर ने जम के हंगामा किया। जिला फूड सप्लाई कंट्रोलर एपी सिंह के विरुद्ध जम के नारेबाजी की। टेंडर हेराफेरी करने का दोष लगाया। स्थिति खराब होंगी देख डीसी अमित कुमार ने दखल देकर यूनियन के मैंबर शांत करवाया। यूनियन के मैंबर का कहना है कि ट्रक यूनियन गुरदासपुर ने साल 2017-18 के टेंडर भरे से पर जिला फूड सप्लाई कंट्रोलर इन्हां नूं जान बुझ के टाल रहा ते गलत ढंग नाल अपने चहेतियां नूं टेंडर दे रहा। यूनियन दे मैंबरां ने डीसी अमित कुमार तो मंग की है कि इस मामले की जांच की जाए। जिहड़ा आदमी डीएफसी नूं 5 लाख रुपया दिंदा उहदे टेंडर पास कर दिंदा। दूजी प्रॉब्लम इह आ साडी ट्रक यूनियन दीआं टोटली फॉर्मैलिटियां कंप्लीट, साडे कोल फॉर्मैलिटियां लै के ते अपने चहेतियां नूं खुश कर लई उहदे विच वरदा पिया वा साडे कागज़ पत्तर, जिहड़ा कि साडे ट्रक यूनियन दे नाल ਧੱਕਾ ਹੋ ਰਿਹਾ। ਇੱਕ ਮਸਲਾ ਵੇਖਣਾ ਜਾਇਆ ਵੀ ਜਿਨ੍ਹਾਂ ਦੀਆਂ ਆਰਸੀਆਂ ਵੀ ਨਹੀਂ ਹੈਗੀਆਂ ਉਹਨਾਂ ਨੂੰ ਟੈਂਡਰ ਤੇ ਜਾ ਰਹੇ ਨੇ। ਕੁਝ ਇਹ ਆ ਜੀ, ਕੁਝ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਟਰੱਕ ਨਹੀਂ ਆ, ਕੋਈ ਉਹਨਾਂ ਕੋਲ ਵਹੀਕਲ ਨਹੀਂ ਆ, ਉਹਨਾਂ ਨੂੰ ਪੈਸੇ ਲੈ ਕੇ ਇਹ ਟੈਂਡਰ ਦੇ ਦਿੰਦਾ। ਜਿਹੜਾ ਕਿ ਕਾਨੂੰਨੀ ਗੈਰ ਕਾਨੂੰਨੀ ਆ, ਇਹ ਬਹੁਤ ਕਰਪਟ ਆਦਮੀ ਆ। ਇਹਦੇ ਖਿਲਾਫ਼ ਪਹਿਲੇ ਵੀ ਇੱਕ ਡੀਸੀ ਸਾਹਿਬ ਦੀ ਇਨਕੁਆਇਰੀ ਚੱਲ ਰਹੀ ਆ ਕਰਪਸ਼ਨ ਦੀ ਤੇ ਗਲਤ ਟੈਂਡਰ ਕਰਨ ਦੀ ਪਿਛਲੇ ਸਾਲ ਦੀ। ਸਾਡੇ ਕੋਲ 5 ਲੱਖ ਰੁਪਇਆ ਪਰ ਸਟੇਸ਼ਨ ਦਾ ਮੰਗਦਾ ਇੱਕ ਟੈਂਡਰ ਦਾ। ਆਪਣੀ ਕੋਠੀ ਦੇ ਵਿੱਚ ਨੇ ਇਸ ਟਾਈਮ ਵੀ ਦੋ ਬੰਦੇ ਏਜੰਟ ਬਿਠਾ ਲਏ ਨੇ। ਜਿਹੜਾ ਬੰਦਾ ਉੱਥੇ 5 ਲੱਖ ਦੇ ਆਉਂਦਾ ਉਹ ਟੈਂਡਰ ਦੀ ਜਸ ਕਰਾ ਲਓ ਆ ਕੇ। ਗੁਰਦਾਸਪੁਰ ਦੇ ਵਿੱਚ 15 ਕਲਸਟਰਾਂ ਦੇ ਟੈਂਡਰ ਪਾਏ ਗਏ ਆ ਟਰਾਂਸਪੋਰਟੇਸ਼ਨ ਦੇ, ਜਿਹਦੇ ਵਿੱਚੋਂ ਕਿ 9 ਦੇ ਅਸੀਂ ਜਿਹੜੀਆਂ ਬਿੱਡਾਂ ਵੈਲਿਊ ਕਰਾਵਾਂ, 6 ਦੀਆਂ ਬਿੱਡਾਂ ਦੀ ਵੈਲਿਊਏਸ਼ਨ ਹਜੇ ਕੰਪਲੀਟ ਨਹੀਂ ਹੋਈ ਸੀ ਜਦੋਂ ਇਹਨਾਂ ਨੇ ਰੌਲਾ ਪਾਇਆ। ਇਹਨਾਂ ਦਾ ਜਿਹੜਾ ਕਲਸਟਰ ਹੈ ਗੁਰਦਾਸਪੁਰ ਕਲਸਟਰ, ਉਹਦੀ ਹਲੇ ਵੀ ਜਿਹੜੀ ਵੈਲਿਊਏਸ਼ਨ ਆ ਉਹ ਚੱਲ ਰਹੀ ਹੈ, ਉਹ ਅਵੈਲਿਊਏਸ਼ਨ ਸਾਡੇ ਵੱਲੋਂ ਫਾਈਨਲ ਨਹੀਂ ਕੀਤੀ ਗਈ। ਇਹਨਾਂ ਦਾ ਟੈਂਡਰ ਕੋਈ ਫਾਈਨਲ ਨਹੀਂ ਹੋਇਆ। ਪਹਿਲਾਂ ਹੀ ਜਾਣਬੁੱਝ ਕੇ ਪ੍ਰੈਸ਼ਰ ਟੈਕਸ ਪਾਉਣ ਦੇ ਲਈ, ਸਾਡੇ ਪ੍ਰੈਸ਼ਰ ਪਾਉਣ ਦੇ ਲਈ ਇਹਨਾਂ ਨੇ ਡਰਾਮਾ ਕੀਤਾ ਗਿਆ ਇਹਨਾਂ ਵੱਲੋਂ।